ਕਮੇਟੀ ਗੁਰਦੁਆਰਾ ਗ੍ਰੰਥੀਆਂ ਪਾਤਸ਼ਾਹੀ 6ਵੀਂ ਗੁਰਦੁਆਰਾ ਦਾਨੀ ਦਿਆਲ ਸਿੰਘ ਜੀ ਦੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਲਈ ਸੁੰਦਰ ਪਾਲਕੀ ਸਾਹਿਬ ਵਾਲੀ ਗੱਡੀ ਲਿਆਂਦੀ ਗਈ। ਪ੍ਰਧਾਨ ਹਰਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਨਗਰ ਕੀਰਤਨ ਲਈ ਪਾਲਕੀ ਸਾਹਿਬ ਵਾਲੀ ਗੱਡੀ ਲਿਆਂਦੀ ਜਾਵੇ, ਸੋ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਦਾਨੀ ਦਿਆਲ ਸਿੰਘ ਦੀ ਕਮੇਟੀ ਦੇ ਉਪਰਾਲੇ ਨਾਲ ਪਾਲਕੀ ਸਾਹਿਬ ਵਾਲੀ ਗੱਡੀ ਗੁਰਦੁਆਰਾ ਗ੍ਰੰਥੀਆਂ 6ਵੀਂ ਪਾਤਸ਼ਾਹ ਗੁਰਦੁਆਰਾ ਗੁਰੂ ਹਰਗੋਬਿੰਦਪੁਰ ਵਿੱਚ ਲਿਆਂਦੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜਿੰਦਰ ਸਿੰਘ, ਆਪਣਾ ਮਹੱਲਾ ਨਿਵਾਸੀ ਸੰਤੋਖਪੁਰ ਮਹੱਲੇ ਦੇ, ਪੂਰੀ ਸੰਗਤ ਦਾ, ਦਸ਼ਮੇਸ਼ ਨਗਰ ਮਹੱਲਾ ਨਿਵਾਸੀਆਂ ਦੀ ਪੂਰੀ ਸੰਗਤ ਦਾ ਕੋਟ ਕੋਟ ਧੰਨਵਾਦ ਕਰ ਰਿਹਾ, ਜਿਨ੍ਹਾਂ ਨੇ ਸਹਿਯੋਗ ਦਿੱਤਾ। ਔਰ ਪਾਲਕੀ ਸਾਹਿਬ ਜੋ ਮਹਾਰਾਜ ਵਾਸਤੇ ਅਸੀਂ ਜਹਾਜ਼ ਬਣਾਇਆ, ਉਹਦੇ ਵਿੱਚ ਆਪਣੇ ਸਹਿਯੋਗ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਸਪਨਾ ਲਿਆ ਸੀ, ਸ਼ਾਇਦ ਆਪਾਂ ਜੇ ਇਕੱਲੇ ਟਰਾਈ ਕਰਦੇ ਨਹੀਂ ਪੂਰਾ ਸਕਦੇ, ਪਰ ਸੰਗਤ ਦੇ ਸਹਿਯੋਗ ਨਾਲ ਇਹ ਅਸੀਂ ਆਪਣੇ ਪੂਰਾ ਕਰ ਲਿਆ। ਵਾਹਿਗੁਰੂ ਨੇ ਆਪਣੀ ਸੇਵਾ ਲਈ ਜੀ, ਅਤੇ ਸਾਰੀ ਸੰਗਤ ਦਾ ਧੰਨਵਾਦ ਜੀ। ਅਸੀਂ ਬਹੁਤ ਖੁਸ਼ ਹਾਂ ਜੀ, ਸਾਰੀ ਸੰਗਤ ਬਹੁਤ ਖੁਸ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੁੰਦਾ ਸੀ? ਬਹੁਤ ਖੁਸ਼ੀ ਦਾ ਦੇਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਤਾਂ ਪਿਛਲੇ ਲੰਬੇ ਸਮੇਂ ਤੋਂ ਲੋੜ ਸੀ ਨਗਰ ਕੀਰਤਨ ਹਰ ਸਾਲ ਦੀ, ਸੰਗਤ ਵੱਲੋਂ ਉਦੋਂ ਉਪਰਾਲਾ ਕਰਕੇ 4 ਜਾਂ 5 ਦੇ ਕਰੀਬ ਨਗਰ ਕੀਰਤਨ ਨਗਰ ਦੇ ਵਿੱਚੋਂ ਨਿਕਲਦੇ ਨੇ। ਸੋ ਉਸ ਵਾਸਤੇ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਤਿਗੁਰੂ ਜੀ ਦੀ ਸਵਾਰੀ ਵਾਸਤੇ, ਨਗਰ ਕੀਰਤਨ ਵਾਸਤੇ ਇੱਕ ਸੁੰਦਰ ਪਾਲਕੀ ਸਾਹਿਬ ਤਿਆਰ ਕਰਵਾਈ ਹੈ, ਉਹ ਅੱਜ ਇੱਥੇ ਗੁਰਦੁਆਰਾ ਸਾਹਿਬ ਪਹੁੰਚੀ ਹੈ। ਸੋ ਇਸ ਕਰਕੇ ਸਾਰੀ ਸੰਗਤ ਸਤਿਗੁਰੂ ਜੀ ਦੇ ਅੱਜ ਇਸ ਪਾਵਨ ਸਥਾਨ 'ਤੇ ਇਕੱਤਰ ਹੋਈ ਹੈ। ਅਸੀਂ ਸਮੁੱਚੀ ਨਗਰ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਸਾਰੀ ਸੰਗਤ ਨੂੰ ਇਸ ਕਾਰਜ ਵਾਸਤੇ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।